अस्सलाम वालेकुम साढ़े यूट्यूब फैमिली की हाल चाल है। मैं ठीक ठाक हूँ, उम्मीद करती हाँ तुम भी ठीक ठाक हो। जितने रहो खुश रहो, आबाद रहो, हंसते रहो, मुस्कुराते रहो। यह है जी साडा अज का व्लॉग, तो रहना साढ़े नाल नाल। जिहड़ा भी घर का काम होएगा सब भैन भरावां नाल शेयर करांगे। सर्दी भी काफ़ी है, धुंध भी बहुत ज़्यादा पई हुई है। यह जी सुबह का टाइम, यह देखो जी भैन भाईओ, गैस भी हमें चला जाना है। थोड़ी देर गैस हों फिर हल्का ही हो जाता है। सुबह सुबह होती जल्दी नाश्ता बन जाए, बच्चों ने स्कूल भी जाना होंगे। हाँ जी, मैं रोटी बना रही हूँ। रोटी बना के बाद मैं चाय रखा। अगर दूसरा चूल्हा भी जलाया तो गैस बिल्कुल ही हो जाना घट, रोटी भी नहीं तैयार होनी। सा करा जा रही मदरसे पढ़न, वालेकुम सलाम। हाँ जी, तो इधर रख दिया मैंने कावा, उधर रोटियां भी बन गई हैं। दूध मैंने रात में मंगवा लिया सी, ये देखिए बन गई है जी हमारी चाय। नाश्ता तैयार, तो आए प्यार बहन भाइयों, जिस जिसने करना है हमारे साथ बैठ के नाश्ता करें। तो मैं देने लगी बच्चों को नाश्ता, फिर जाएंगे स्कूल जी। मुनीब सुबह आ गई, उठ जाओ, स्कूल का टाइम हो गया, जागदा है, उठ जा। हाँ जी, तो इकरा कर रही नाश्ता, कर लो नाश्ता, फिर करो स्कूल की तैयारी, ठीक है जी। कर रहे नाश्ता। हाँ जी मुनीब, नाश्ता कर रहे हो? चलो सही करो नाश्ता। हाँ जी, मैं कर रही हूँ नाश्ता। मैं क्या, मैनू भी लग गई भुख, मैं भी नाश्ता कर ला। आए प्यार बहन भाई, जिस दिन नाश्ता करना है हमारे साथ नाश्ता करें। हाँ जी, तो तैयारी हो रही? हाँ जी ठीक। हाँ जी, मैं क्या, मैं बिस्तरे इकट्ठे कर लूंगा, बिस्तरे रख लिए। सर्दी भी ज्यादा है, धुंध भी बहुत पई है। चुक ले बिस्तरे इकट्ठे करते, मैं कह इधर आ गई, इधर चुक लिए। उधर ही रख लें, मैं चार पाई कर लिए बाहर, बच्चे भी हो रहे नाल नाल तैयार, कि मैं भी अपना काम करती रही हूं। बच्चे फिर चल जाए स्कूल, फिर वीडियो बनानी होंगी, इस तरह बना लें वीडियो। फिर मैं मुश्किल हो जाती कि मेरे वीडियो कौन बनाए, कैमरा कौन फड़े। इन इधर खड़ी कर दें, कपड़े धोते तो हैं कल दे, तो गिले ही बहुत। अपने चप्पल बाहर रख, आगे चुक ले। कमरे की हो गई जी सफाई, हूँ आ गए जी सेंध च,
ਜਿਹੜਾ ਜਿਹੜਾ ਆਇਦਾ ਹੈਗਾ ਕੰਮ ਸਭ ਬੈਨ ਬੈਨ ਖਾਵਾਂਗੇ ਜੇ ਉਹ ਸਾਡੇ ਨਾਲ ਨਾਲ ਪਹਿਲੇ ਧੋ ਲਵਾਂ ਬਰਤਨ ਫਿਰ ਉਸ ਤੋਂ ਬਾਅਦ ਕਰਾਂਗੀ ਸੇਨ ਦੀ ਸਫਾਈ ਬਸ ਸੇਨ ਦੀ ਸਫਾਈ ਰਹਿ ਗਈ ਹੈ ਕਮਰੇ ਦੀ ਹੋ ਗਈ ਹੈ ਤਾਂ ਪਹਿਲੇ ਧੋ ਲਾਂ ਬਰਤਨ ਫਿਰ ਉਸ ਤੋਂ ਬਾਅਦ ਮੈਂ ਸੇਨ ਦੀ ਸਫਾਈ ਕਰ ਲਾਂਗੀ ਸਫਾਈ ਕਰਕੇ ਫਿਰ ਮੈਂ ਜਾਵਾਂਗੀ ਆਪਣੇ ਕੰਮ 'ਤੇ ਫਿਰ ਮੈਂ ਜਾਂਦੀ ਹਾਂ ਕੰਮ ਕਰਨ ਸਾਰੇ ਘਰ ਮੈਂ ਆਏ ਮਹਿਮਾਨ ਜਿਹੜੇ ਮੁਹੱਲੇ ਸੀ ਪਹਿਲੇ ਰਹਿ ਕੇ ਆਏ ਸੀ ਉਧਰੋਂ ਆਏ ਬਾਜੀ ਮਿਲਣ ਵਾਸਤੇ ਉਹਨਾਂ ਵਾਸਤੇ ਬਣਾਈ ਨਹੀਂ ਮੈਂ ਸਾਡੀ ਹੋ ਗਈ ਜੀ ਚਾਏ ਤਿਆਰ ਤਾਂ ਆਏ ਪਿਆਰੇ ਭੈਣ ਭਾਈਓ ਜਿਸ ਨੇ ਚਾਏ ਪੀਣੀ ਹੈ ਹਾਂਜੀ ਤਾਂ ਮੈਂ ਵੀ ਜਾ ਰਹੀ ਹੁਣ ਆਪਣੇ ਕੰਮ 'ਤੇ ਮਹਿਮਾਨ ਆਏ ਸੀ ਚਾਏ ਬਣਾਉਣ ਲੱਗ ਗਈ ਚਾਏ ਵਗੈਰਾ ਬਣਾ ਕੇ ਮਹਿਮਾਨਾਂ ਦਿੱਤੀ ਹੁਣ ਮੈਂ ਹੋ ਗਈ ਜੀ ਫਾਰਗ ਮਹਿਮਾਨ ਵੀ ਚਲੇ ਗਏ ਨੇ ਹੁਣ ਜਾ ਰਹੀ ਮੈਂ ਆਪਣੇ ਕੰਮ 'ਤੇ ਵਾਪਸੀ ਅਤੇ ਮੁਨੀਬ ਨੂੰ ਨਾਲ ਲਈ ਆਵਾਂਗੀ ਸਕੂਲ 'ਚੋਂ ਛੁੱਟੀ ਹੋ ਜਾਣੀ ਇਹਨਾਂ ਨੂੰ ਫਿਰ ਆਵਾਂਗੇ ਅਤੇ ਜਿਹੜਾ ਵੀ ਕੰਮ ਹੋਏਗਾ ਘਰ ਦੀ ਰੂਟੀਨ ਹੋਏਗਾ ਆਪਾਂ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ ਲਓ ਜੀ ਅਸੀਂ ਆ ਗਏ ਹਾਂ ਜੀ ਹੁਣ ਆਪਣੇ ਘਰ ਮੁਨੀਬ ਨੂੰ ਲਈ ਆਈ ਮੈਂ ਆਪਣੇ ਨਾਲ ਕੰਮ ਤੋਂ ਫਾਰਗ ਹੋ ਕੇ ਰਾਸਤੇ ਸਕੂਲ ਆ ਉੱਧਰੋਂ ਫਿਰ ਮੈਂ ਨਾਲ ਲਈ ਆਈ ਇਹਨੂੰ ਮੈਂ ਕਿਹਾ ਚੱਲ ਮੁਨੀਬ ਨੂੰ ਨਾਲ ਲਈ ਜਾਂਦੀ ਹਾਂ ਹਾਂਜੀ ਲੈ ਆਏ ਜੀ ਆਟਾ ਮੁਨੀਬ ਸਹੀ ਹਾਂਜੀ ਬਣਾਉਂਦੀ ਮੈਂ ਰੋਟੀ ਸਾਲਣ ਪਿਆ ਹੋਇਆ ਰਾਤ ਦਾ ਰਾਤੀ ਬਣਾਏ ਸੀ ਮਟਰ ਅੰਡੇ ਕੱਪੜੇ ਚੇਂਜ ਕਰ ਲਏ ਮੁਨੀਬ ਨੇ ਚਲੋ ਸਹੀ ਮੈਂ ਹੁਣ ਬਣਾ ਲਾ ਰੋਟੀ ਫਿਰ ਤੁਸੀਂ ਰੋਟੀ ਖਾਇਓ ਮੰਮਾ ਜੀ ਬਣਾ ਰਹੀ ਹੈ ਰੋਟੀ ਹਾਂਜੀ ਰੋਟੀ ਬਣਾ ਲੈਂਦੀ ਮੈਂ ਕਿਹਾ ਰੋਟੀ ਬਣਾ ਲਾ ਫਿਰ ਇਕਰਾ ਵੀ ਆ ਜਾਏਗੀ ਜੀ ਫਿਰ ਬੈਠ ਕੇ ਖਾਇਓ ਵਾਲੇਕੁਮ ਸਲਾਮ ਇਕਰਾ ਵੀ ਆ ਗਈ ਇੱਧਰ ਇਕਰਾ ਵੀ ਆ ਗਈ ਹੈ ਸਕੂਲੋਂ ਰੋਟੀ ਵੀ ਬਣ ਗਈ ਹੈ ਸਾਲਣ ਗਰਮ ਹੋ ਗਿਆ ਹਾਂਜੀ ਤਾਂ ਕੱਪੜੇ ਇਕਰਾਂ ਨੇ ਵੀ ਚੇਂਜ ਕਰ ਲਏ ਆ ਮੁਨੀਬ ਨੇ ਕਰ ਲਏ ਸੀ ਪਹਿਲੇ ਹਾਂਜੀ ਸਲਾਮ ਨਹੀਂ ਕਰਨਾ ਹਾਂਜੀ ਅਤੇ ਹੁਣ ਤੁਸੀਂ ਆਓ ਤਾਂ ਰੋਟੀ ਖਾ ਲਓ ਸਾਡੀ ਦੁਪਹਿਰ ਦੀ ਰੂਟੀਨ ਰਾਤ ਦਾ ਪਿਆ ਸੀ ਸਾਲਣ ਆਂਡੇ ਔਰ ਮਟਰਾਂ ਦਾ ਆਏ ਭੈਣ ਭਾਈ ਜੀ ਜਿਸ ਨੇ ਖਾਣਾ ਹੈ ਹਮਾਰੇ ਸਾਥ ਦੁਪਹਿਰ ਕਾ ਖਾਣਾ ਖਾਏ ਜੀ ਬੱਚੇ ਖਾ ਰਹੇ ਰੋਟੀ ਮੰਮਾ ਜੀ ਆਪ ਵੀ ਆ ਜਾਓ ਹਾਂਜੀ ਮੈਂ ਵੀ ਆ ਗਈ ਹਾਂਜੀ ਮੈਂ ਉਤਾਰ ਰਹੀ ਕੱਪੜੇ ਮੈਂ ਕਿਹਾ ਜਿਹੜੇ ਸੁੱਕ ਗਏ ਆ ਉਤਾਰ ਲਵਾਂ ਪਤਲੇ ਪਤਲੇ ਆ ਸੁੱਕ ਗਏ ਨੇ ਜਿਹੜੇ ਮੋਟੀਆਂ ਜਰਸੀਆਂ ਨੇ ਉਹ ਗਿੱਲੀਆਂ ਨੇ ਮੈਂ ਵੀ ਕੱਪੜੇ ਕਰ ਲਏ ਤਬਦੀਲ ਪੌਂਦੇ ਧੋਤੇ ਹੋਏ ਨੇ ਹਜੇ ਵਿੱਚ ਵਿੱਚ ਐਵੇਂ ਜਿਵੇਂ ਗਿੱਲੇ ਹੁੰਦੇ ਸਰਦਾ ਕਰਕੇ ਸਲਾਬੇ ਸਲਾਬੇ ਬੱਚੇ ਕਰ ਰਹੇ ਆ ਜੀ ਸਕੂਲ ਦਾ ਕੰਮ ਹੋਮਵਰਕ ਪੇਪਰਾਂ ਦੀ ਤਿਆਰੀ ਹੋ ਗਈ ਇਕਰਾ ਹਾਂਜੀ ਕਿੱਦਣ ਪਹਿਲਾ ਪੇਪਰ ਪੀਰ ਵਾਲੇ ਦਿਨ ਪੀਰ ਵਾਲੇ ਦਿਨ ਹਾਂ ਤੇ ਫਿਰ ਤਿਆਰੀ ਕਰੋ ਮਦਰਸੇ ਹਾਂਜੀ ਠੀਕ ਹੈ ਜਾਓ ਮਦਰਸੇ ਟਾਈਮ ਹੋ ਗਿਆ ਜੀ ਪਾਪਾ ਜੀ ਸਲਾਮ ਵਾਲੇ ਹਾਂਜੀ ਰੋਟੀ ਬਣਾ ਲਈ ਮੈਂ ਸਾਲਣ ਮੈਂ ਬਣਾ ਲਈ ਹੈ ਇਹ ਦੇਖ ਆਲੂ ਅੰਡਿਆਂ ਦਾ ਸਾਲਣ ਸਾਲਣ ਬਣਾ ਰਹੀ ਸੀ ਲੈਟ ਬੰਦ ਹੋ ਗਈ ਮੈਂ ਆਪਣੇ ਭੈਣ ਭੈਣ ਦਿਖਾ ਨਹੀਂ ਸਕੀ ਲੈਟ ਆਈ ਚਲੋ ਮੈਂ ਕਿਹਾ ਰੋਟੀ ਬਣਾ ਲੈਂਦੇ ਹਾਂ ਜੀ ਹਮਾਰੇ ਵੀ ਸਾਲਣ ਰੋਟੀ ਤਿਆਰ ਤੋ ਆਏ ਭੈਣ ਭਾਈ ਜਿਸ ਨੇ ਖਾਣੀ ਹੈ ਹਮਾਰੇ ਸਾਥ ਆਲੂ ਅੰਡੇ ਉਹੀ ਰੋਟੀ ਇਹ ਵੀ ਖਾ ਰਹੇ ਰੋਟੀ ਪਿਆਰੇ ਭੈਣ ਭਾਈਓ ਸਾਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਅਗਲੇ ਵਲੋਗ ਦੇ ਨਾਲ ਸਾਨੂੰ ਰੱਖਣਾ ਦੁਆਵਾਂ 'ਚ ਯਾਦ अगर साड़ी वीडियो पसंद आए तो लाइक कीजिए शेयर कीजिए सब्सक्राइब कीजिए तो जो जो भी भैन भाई सानू पाकिस्तान इंडिया बरौने ममालक तो देखते पे ने उन्हां सबनों अस्सलाम वालेकुम पाकिस्तान जिंदाबाद अल्लाह हाफिज़।